ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਹਲਕਾ ਸਨੌਰ ਦੇ ਜੌਨ ਇਸਰਹੇੜੀ ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਪਤੀ ਅਤੇ ਅਕਾਲੀ ਆਗੂ ਬਿਕਰਮਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਵਿੱਚ ਲੋਕ ਕਾਂਗਰਸ ਦੀਆਂ ਜਿਆਦਤੀਆਂ ਦਾ ਜਵਾਬ ਵੋਟਾਂ ਨਾਲ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਹਲਕਾ ਸਨੌਰ ਤੋਂ, ਜੋ ਕਿ ਸਭ ਨੂੰ ਪਤਾ ਹੀ ਹੈ ਜੀ, ਵੀ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਚੋਣਾਂ ਦਾ ਬਿਗਲ ਵੱਜ ਚੁੱਕਿਆ ਜੀ। ਇਹਦੇ ਇਸ ਦੌਰਾਨ ਇਸ ਦੇ ਵਿੱਚ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੇਰੇ ਧਰਮ ਪਤਨੀ ਜੋ ਕਿ ਸਰਬਜੀਤ ਕੌਰ, ਇਹਨਾਂ ਨੂੰ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਵੱਲੋਂ ਸਾਨੂੰ ਟਿਕਟ ਬਲਾਕ ਸਮਿਤੀ ਦੀ ਅਨਾਊਂਸ ਕੀਤੀ ਗਈ ਹੈ ਜੀ। ਅਤੇ ਇਸ ਦੌਰਾਨ ਜੋ ਕਿ ਸਾਰੇ ਸੰਗਤ ਨੂੰ ਪਤਾ ਹੀ ਆ ਕਿ ਜੋ ਮੌਜੂਦਾ ਸਰਕਾਰ ਦੀਆਂ ਜੋ ਗਤੀਵਿਧੀਆਂ ਚੱਲਦੀਆਂ ਪਈਆਂ, ਉਸ ਵਿੱਚ ਦੇਖੋ ਕਿਸ ਤਰ੍ਹਾਂ ਸਾਰੀ ਸਭ ਨੂੰ ਪਤਾ ਹੀ ਆ ਕਿਸ ਤਰ੍ਹਾਂ ਧੱਕੇਸ਼ਾਹੀ, ਕਿਸ ਤਰ੍ਹਾਂ ਕਬਜ਼ੇ, ਕਿਸ ਤਰ੍ਹਾਂ ਥਾਣਿਆਂ ਦੇ ਵਿੱਚ ਸਾਰੇ ਆਪਣੇ ਜ਼ਿਮੀਂਦਾਰ ਭਰਾ ਰੁਲ ਰਹੇ ਆ ਜੀ। ਅਤੇ ਅੱਗੇ ਹੁਣ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇਹਨਾਂ ਸਾਰੇ ਧੱਕੇਸ਼ਾਹੀਆਂ ਦਾ ਜੋ ਵੀ ਆਪਣੇ ਸੰਗਤ ਆ, ਜਿੰਨੇ ਵੀ ਮੇਰੇ ਵੀਰ ਵਰਕਰ, ਜਿੰਨੇ ਮੇਰੇ ਭੈਣ ਭਰਾ ਪਿੰਡਾਂ ਵਿੱਚ ਰਹਿੰਦੇ ਆ, ਸਾਰਿਆਂ ਨੇ ਇਸ ਚੀਜ਼ ਦਾ ਜਵਾਬ ਦੇਣਾ, ਕਿਉਂਕਿ ਕਾਂਗਰਸ ਸਰਕਾਰ ਦੀਆਂ ਜੋ ਧੱਕੇਸ਼ਾਹੀਆਂ ਹੋ ਰਹੀਆਂ, ਇਹਨਾਂ ਦਾ ਜਵਾਬ ਜੋ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ, ਇਹਦੇ ਵਿੱਚ ਇੱਕ ਇੱਕ ਜੋ ਵੀ ਜਿਸ ਤਰ੍ਹਾਂ ਵੀ ਆਪਣੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੋ ਵੀ ਜਿੰਨੇ ਵੀ ਕੈਂਡੀਡੇਟ ਖੜ੍ਹੇ ਆ ਜੀ, ਇਹਨਾਂ ਸਾਰਿਆਂ ਨੂੰ ਜਿਤਾ ਕੇ ਕਾਂਗਰਸ ਨੂੰ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਵੀ ਕਿਸ ਤਰ੍ਹਾਂ ਧੱਕੇਸ਼ਾਹੀਆਂ ਕਰੀਦੀਆਂ। ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਉਤਰੇਗੀ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਬਜੀਤ ਕੌਰ, ਜੋ ਕਿ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਹੈ, ਜਿੱਤਣ ਤੋਂ ਬਾਅਦ ਮੈਂ ਆਪ ਜੀ ਦੀਆਂ ਉਮੀਦਾਂ 'ਤੇ ਖਰੀ ਉਤਰਾਂਗੀ। ਦੇਵੀਗੜ੍ਹ ਤੋਂ ਜਸਪ੍ਰੀਤ ਸਿੰਘ ਦੇ ਨਾਲ ਰਜਿੰਦਰ ਸਿੰਘ ਮੌਜੀ ਦੀ ਰਿਪੋਰਟ।